ਇਹ ਮੇਰਾ ਟੋਟਲੀ 45-50 ਲੱਖ ਰੁਪਇਆ ਲੱਗਿਆ ਸੀਗਾ ਜੀ। ਜ਼ਮੀਨ ਵੇਚ ਕੇ ਇਹ ਕਾਰੋਬਾਰ ਚਲਾਇਆ ਸੀਗਾ ਜੀ। ਇੰਨਾ ਚ ਮੇਰਾ ਮੋਹ ਆ ਜੀ ਸਾਰਾ ਪਿਆਰ ਸੀਗਾ। ਮੇਰੀ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਹੋਇਆ। ਮੈਂ ਤੁਹਾਨੂੰ ਦੇਖਿਆ ਨਹੀਂ ਗਿਆ ਜੀ। ਇਹਦੇ ਵਿੱਚ ਟੋਟਲ ਮੇਰੀਆਂ 27 ਗਾਇਆਂ ਸੀਗੀਆਂ ਜੀ। ਹਾਂ ਜੀ ਇਹਦੇ ਵਿੱਚੋਂ ਇੱਕ ਗਾਂ ਦੀ ਮੇਰੀ ਮੌਤ ਹੋਈ ਹੈ ਜੀ 6 ਮਹੀਨਿਆਂ ਦੀ ਗੱਬਣ ਬੈਠ ਸੀਗੀ। ਇਹ ਇੱਕ ਕਿੰਨਾ ਚਿਰ ਹੋ ਗਿਆ ਸੀ ਪਾਈ ਜੀ ਤੁਹਾਨੂੰ ਇਹ ਸਾਈ ਛੱਡ ਬਣਾਏ ਨੂੰ ਇਹ ਕੰਮ ਚੱਲ ਰਿਹਾ। ਇਹਨੂੰ 1 ਸਾਲ ਹੋ ਗਿਆ ਸੀਗਾ ਜੀ। ਐਸੀ ਜੀ ਇੰਨਾ ਪੈਸਾ ਲਾ ਕੇ ਅੱਖਾਂ ਦੇ ਸਾਹਮਣੇ ਚਗਣਾ ਚੂਰ ਹੋ ਗਈ ਛੋੜੇ ਸਾਹਮਣੇ ਸਾਰਾ ਕੁਝ ਮੈਂ ਆਹ ਦਾ ਦੁਨਾਂ ਪਰਮਾਨੰ ਮਿਲਤੀ ਮੇਰਾ ਭਾਈ ਬਲਰਾ ਸਿੰਘਾ ਪਰੋ ਗਿਆ ਜੀ ਉਹਨੂੰ ਮੈਂ ਕਹਿਆ ਲਿਬਿਆ ਦੇ ਪਰਿਵਾਰ ਚ ਰਹੇ ਆਪਾਂ ਇੱਥੇ ਆਦਾ ਕਾਰੋਬਾਰ ਚਲਾਣ ਨੇ ਕਾਰੋਬਾਰ ਬਹੁਤ ਸੋਹਣਾ ਚੱਲਿਆ ਸੀ ਪਰ ਆ ਜਿਹੜੀ ਪਰਮਾਤਮਾ ਨੇ ਫੇਟੀ ਪਾਤੀ ਇਹਦਾ ਸਾਨੂੰ ਕੋਈ ਪਤਾ ਨਹੀਂ ਸੀਗਾ ਜੀ ਮੇਰੇ ਦੋ ਬੇਟੀਆਂ ਜੀ ਵੱਡੀਆਂ ਇੱਕ ਇੱਕ ਬੇਟਾ ਜੀ ਤੇ ਮੇਰੇ ਦੋ ਮੇਰੇ ਭਾਈ ਦੇ ਬੱਚੇ ਸਾਡਾ ਸਾਰਾ ਕਾਰੋਬਾਰ ਇਹਦੇ ਸਿਰ ਤੇ ਚੱਲਦਾ ਸੀਗਾ ਜੀ ਜੋ ਬੱਚੇ ਮੈਂ ਪੜਾਉਂਦਾ ਸੀਗਾ ਜੀ ਮਨ ਲਓ ਕਬੀ ਲੜੀ ਦਾ ਖਰਚਾ ਕਰਦਾ ਮੇਰੇਆਂ ਗਾਈਆਂ ਦੇ ਸਿਰ ਤੇ ਨਿਰਭਰ ਸੀਗਾ ਜੀ। ਤੇ ਸਾਡੇ ਪਿੰਡ 'ਚ ਹੀ ਮੁੰਡੇ ਮੇਰੇ ਕੋਲ 10-15 ਮੁੰਡੇ ਆਉਂਦੇ ਰਹਿੰਦੇ ਸੀ ਰਿਵਾਈਏ ਕਾਰੋਬਾਰ ਕਹੇ ਜਾਂ ਕਿਵੇਂ ਆ ਉਹਨਾਂ ਦਾ ਪੂਰਾ ਦਰੇੜਾ ਦਾ ਚੀਆ ਕਰਨ ਦਾ ਪਰ ਆ ਚੀਜ਼ ਦੇਖ ਕੇ ਉਹ ਵੀ ਡੇਰੀ ਢਾ ਗਈ। ਮਨ ਲਓ 11:47 ਟਾਈਮ ਸੀਗਾ ਜੀ ਜਦੋਂ ਪੂਰੀ ਹਵਾ ਹਨੇਰੀ ਆਈ ਹੈ ਜੀ ਤੇ ਉਦੋਂ ਇਹ ਛੱਡ ਮਨ ਲਓ ਚਾਦਰਾਂ ਡਿੱਗਣ ਲੱਗ ਗਈ ਜੀ ਫਿਰ ਦੂਹਾਰਾ ਸਾਰਾ ਦਾ ਇਕਦਾਂ ਹੀ ਡਿੱਗਣ ਲੱਗ ਗਈ। ਕਮੇ ਬੇਜਮੀਨਾ ਕਿਸਾਨ ਹੀ ਸਮਝ ਲਓ ਜੀ ਹੁਣ ਤਾਂ ਹਣੀ ਹੁਣ ਇਹਦੇ ਕੋਲ ਕੋਈ ਜ਼ਮੀਨ ਨਹੀਂ ਬਚੀ ਨਹੀਂ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਰਕਾਰ ਇਹਦੀ ਮਦਦ ਕਰੇ ਐਸ ਵਾਰ ਕੁਦਰਤ ਕਿਸਾਨਾਂ ਦੇ ਪਿੱਛੇ ਹੱਥ ਧੋਕੇ ਪੈ ਗਈ ਹੈ ਪਹਿਲਾਂ ਪੱਕੀਆਂ ਫਸਲਾਂ ਦੇ ਉੱਤੇ ਮੀਂਹ ਪਿਆ ਹੁਣ ਫਸਲਾਂ ਸਾਵਗੀਆਂ ਤਾਂ ਬੀਤੀ ਰਾਤ ਆਏ ਝੱਖੜ ਨੇ ਇੱਕ ਕਿਸਾਨ ਦੀ ਡੇਰੀ ਫਾਰਮ ਨੂੰ ਤਬਾਹ ਕਰਕੇ ਰੱਖ ਦਿੱਤਾ ਤੁਹਾਨੂੰ ਦਿਖਾ ਦਈਏ ਕਿ ਬਹੁਤ ਤਕੜਾ ਸ਼ੈੱਡ ਸੀ ਵੱਡੇ ਪੱਧਰ ਦਾ ਡੇਰੀ ਫਾਰਮ ਸੀ ਸਾਰੇ ਦਾ ਸਾਰਾ ਸ਼ੈੱਡ ਤੈਸ ਨੈਸ਼ ਕਰ ਦਿੱਤਾ ਇਹ ਤੈਸ ਨੈਸ਼ ਹੋਇਆ ਸ਼ੈੱਡ ਦੇਖ ਕੇ ਵੀਰ ਸਵੇਰੇ ਅਸੀਂ ਵੀਡੀਓ ਦੇਖੀ ਅਸੀਂ ਪਹੁੰਚੇ ਵੀਰ ਦਾ ਵੀ ਜਿਹੜਾ ਰੋਣਾ ਨਿਕਲਿਆ ਹਰ ਇੱਕ ਨੂੰ ਹੀ ਆਉਂਦਾ ਕਿ ਯਾਰ ਐਡਾ ਵੱਡਾ ਨੁਕਸਾਨ ਤੇ ਐਡੀ ਮਾਰ ਇੱਕ ਆਮ ਬੰਦਾ ਨਹੀਂ ਚੱਲ ਸਕਦਾ ਕਿਉਂਕਿ ਕੋਈ ਵੀ ਕਿਸਾਨ ਹੈ ਉਹਦੇ ਕੋਲੇ ਇੰਨਾ ਨਾ ਤਾਂ ਪੂੰਜੀ ਹੁੰਦੀ ਹੈ ਨਾਉ ਇਹਨਾ سرمایہ دار ਹੁੰਦਾ ਇੱਕ ਸਧਾਰਨ ਕਿਸਾਨ ਹੁੰਦਾ ਉਹ ਇੱਕ ਸਹਾਇਕ ਧੰਦਾ ਅਪਣਾਉਂਦਾ ਕਿ ਜੇਕਰ ਖੇਤੀ ਦੇ ਵਿੱਚੋਂ ਤਾਂ ਕੁਝ ਪੈਸਾ ਇਧਰੋਂ ਆ ਜਾਵੇ ਤੇ ਇਹਨੂੰ ਸਰਕਾਰਾਂ ਵੀ ਕਹਿੰਦੀਆਂ ਪਰ ਇਹ ਸਹਾਇਕ ਧੰਦੇ ਦੇ ਉੱਤੇ ਜਿਹੜੀ ਮਾਰ ਪਈ ਹੈ ਗੱਲਬਾਤ ਕਰਾਂਗੇ ਵੀਰ ਸਾਡੇ ਨਾਲ ਨੇ ਬਾਈ ਜੀ ਇਹ ਕਿਵੇਂ ਬੀਤੀ ਰਾਤ ਕਿੰਨੇ ਵਜੇ ਜਿਹੜੇ ਸਾਰੀ ਘਟਨਾ ਵਾਪਰੀ ਇਹ ਜੀ ਰਾਤ ਮੰਨ ਲਓ 11:47 ਟਾਈਮ ਸੀਗਾ ਜੀ ਜਦੋਂ ਪੂਰੀ ਹਵਾ ਹਨੇਰੀ ਆਈ ਹੈ ਜੀ ਜੀ ਤੇ ਉਦੋਂ ਇਹ ਛੱਡ ਮੰਨ ਲਓ ਚਾਦਰਾਂ ਡਿੱਗਣ ਲੱਗੀਆਂ ਜੀ ਫਿਰ ਇਹ ਦੂਹਾਰਾ ਸਾਰਾ ਦਾ ਇਕਦامی ਡਿੱਗਣ ਲੱਗ ਗਿਆ ਜੀ ਜੀ ਹਾਂ ਜੀ ਇਹ ਤਾਂ ਇਸ ਤਰੀਕੇ ਨਾਲ ਹੋਇਆ ਵੀ ਜਿਵੇਂ ਫੜਕੇ ਮਰੋੜਿਆ ਹੋਵੇ ਹਨਾ ਕੱਲੀ ਕੱਲੀ ਚੀਜ਼ ਵਿੱਚ ਜੀਸੀਬੀ ਲੈ ਕੇ ਆ ਗਿਆ ਹੋਵੇ ਕੰਮ ਬਹੁਤ ਮਜ਼ਬੂਤ ਕਰਿਆ ਹੋਇਆ ਸੀਗਾ ਜੀ ਠੀਕ ਹੈ ਹਾਂ ਜੀ ਟਾਟਾ ਦਾ ਸਾਰਾ ਲੋਹਾ ਲੱਗਿਆ ਹੋਇਆ ਸੀਗਾ ਜੀ ਜੀ ਤੇ ਇਹਦਾ ਕੁਦਰਤ ਦੀ ਕਹਿ ਸਕਦੇ ਆਪਾਂ ਕੋਈ ਤੇ ਇਹਦੇ ਵਿੱਚ ਟੋਟਲ ਮੇਰੀਆਂ 27 ਗਾਇਆਂ ਸੀਗੀਆਂ ਜੀ 27 ਗਾਇਆਂ ਹਾਂ ਜੀ ਇਹਦੇ ਵਿੱਚੋਂ ਇੱਕ ਗਾਂ ਦੀ ਮੇਰੀ ਮੌਤ ਹੋਈ ਹੈ ਜੀ 6 ਮਹੀਨਿਆਂ ਦੀ ਗੱਬਣ ਬੈਠ ਸੀਗੀ ਹੂੰ ਤੇ ਉਹ ਗਾਇਆਂ ਫਿਰ ਬਾਕੀਆਂ ਦੇ ਬੱਚ ਤੇ ਰਹਿ ਕੇ ਕੋਈ ਸੱਟਾ-ਸੋਟਾ ਵੱਜ ਗਈਆਂ ਦੇਖੋ ਇਹ ਕਹਿ ਨਹੀਂ ਸਕਦੀ ਜੋ ਅੰਦਰੂਨੀ ਛੱਟ ਨਹੀਂ ਕਹਿ ਸਕਦੀ ਤੇ ਉਹ ਛੱਟਾਂ ਤੋਂ ਬਚਤ ਰਹੀ ਗਈ ਉਹਨਾਂ ਦੀ ਤੇ ਬਾਕੀ ਮੇਰੇ ਪਿੰਡ ਦੇ ਦਾ ਸੰਯੋਗ ਬਹੁਤ ਆ ਜੀ ਧੰਨਵਾਦ ਕਰ ਦਿੰਦਾ ਉਹਨਾਂ ਨੇ ਆ ਕੇ ਸਵੇਰੇ ਮੇਰੀਆਂ ਗਾਈਆਂ ਉਹਨਾਂ ਨੇ ਕੱਢੀਆਂ ਛੇੜੇ ਥੱਲੇ ਹਾਂ ਜੀ ਇੱਥੇ ਸੀ ਉਦੋਂ ਕਿ ਨਹੀਂ ਹਾਂ ਜੀ ਮੈਂ ਇੱਥੇ ਜੀ ਮੇਰਾ ਬੇਟਾ ਜੀ ਮੇਰਾ ਘਰ ਦੇ ਸੀ ਇੱਥੇ ਹੀ ਹੁੰਨੇ ਆ ਜੀ ਠੀਕ ਹੈ ਪਹਿਲਾਂ ਹੀ ਮੇਰਾ ਡੈਡੀ ਹੁੰਦਾ ਸੀਗਾ ਜੀ ਠੀਕ ਹੈ ਤੇ ਉਹਨੂੰ ਕੈਂਸਰ ਦੀ ਬਿਮਾਰੀ ਆਈ ਕੈਂਸਰ ਦਾ ਕਰਕੇ ਉਹ ਘਰੇ ਰੈਸਟ ਕਰ ਰਿਹਾ ਜੀ ਮੈਂ ਹੀ ਹੁੰਨਾ ਜੀ ਇੱਥੇ ਮਾਲ ਚ ਹਾਂ ਜੀ ਤੇ ਜਦੋਂ ਇਹ ਕੰਮ ਹੋਇਆ ਜੀ ਮ ਇਥੋਂ ਚਲਾ ਗਿਆ ਜੀ ਮੰਨ ਲ ਦੂਜੇ ਕਮਰੇ ਜਾ ਕੇ ਬੈਠਾ ਫੇ ਦੁਬਾਰੇ ਬੈਂਟਰੀ ਲੈ ਕੇ ਆਇਆ ਮੇਰੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਜੀ ਸਾਰਾ ਅੱਖਾਂ ਦੇ ਸਾਹਮਣੇ ਦੱਸ ਨਾ ਹਾਂ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਜੀ ਮੇਰੇ ਇਹ ਕੁਝ ਹੋਇਆ ਜੀ ਇਹ ਸਾਰਾ ਸੈੱਟ ਗਿਰਿਆ ਜੀ ਹਾਂ ਜੀ ਮਤਲਬ ਇਹ ਇਹ ਕਿੰਨਾ ਚਿਰ ਹੋ ਗਿਆ ਸੀ ਬਾਈ ਜੀ ਤੁਹਾਨੂੰ ਇਹ ਸੈੱਟ ਬਣਾਏ ਨੂੰ ਇਹ ਕੰਮ ਸ਼ੁਰੂ ਕੀਤਾ ਇਹਨੂੰ 1 ਸਾਲ ਹੋ ਗਿਆ ਸੀਗਾ ਜੀ 1 ਸਾਲ ਹੀ ਹੋਇਆ ਸੀ ਹਾਂ ਜੀ ਕੰਮ ਬਹੁਤ ਸੋਹਣਾ ਚੱਲ ਪਿਆ ਸੀਗਾ ਜੀ ਪਰਮਾਤਮਾ ਦੀ ਕਿਰਪਾ ਨਾਲ ਤੇ ਕੰਮ ਮਾੜਾ ਨਹੀਂ ਜੀ ਇਹ ਤੇ ਕੁਦਰਤੀ ਜਿਹੜੀ ਆਮਤ ਪੈਂਦੀ ਆ ਬੰਦੇ ਤੇ ਇਹ ਫੇਟੀਆਂ ਮਾਰਦੀ ਇੱਕ ਸਾਲ ਹੋ ਗਿਆ ਜੀ ਮੇਰੇ ਕੋਲ 4 ਸਵਾ 4 ਕਿਲੇ ਵਾਹਣ ਸੀਗੇ ਕੁਸ ਬਾਪੂ ਦੀ ਸਰਕਾਰ ਦਿਆ ਸੀਗਾ ਜੀ ਤੇ ਉਹ ਵੇਚ ਕੇ ਜੀ ਮੈਂ ਕੁਸ ਕਰਜਾ ਲਾਤਾ ਸੀ ਜੀ ਕੁਸ ਮੰਨ ਲਓ ਇਹ ਛੱਟ ਤੇ ਪੈਸਾ ਲਾਤਾ ਸੀਗੇ ਜੀ ਦੋ ਭਾਈਆਂ ਜੀ ਠੀਕ ਹੈ ਮਤਲਬ ਜ਼ਮੀਨ ਵੇਚ ਕੇ ਲਾਇਆ ਸੀ ਹਾਂ ਜ਼ਮੀਨ ਵੇਚ ਕੇ ਇਹ ਕਾਰੋਬਾਰ ਚਲਾਇਆ ਸੀਗਾ ਜੀ ਹਾਂ ਜੀ ਇਹ ਕਿੰਨਾ ਬਾਈ ਕਿੰਨੇ ਕਿੰਨਾ ਖਰਚਾ ਦਾ ਸੀਗਾ ਇਹ ਜਿਗਾਰ ਸਾਹਿਬ ਇਹ ਮੇਰਾ ਟੋਟਲੀ 45-50 ਲੱਖ ਰੁਪਿਆ ਲੱਗਿਆ ਸੀਗਾ ਜੀ 45-50 ਲੱਖ ਰੁਪਿਆ ਤੁਹਾਡੇ ਅੱਖਾਂ ਸਾਹਮਣੇ ਜਿਵੇਂ ਕਹਤਾ ਵੀ ਤੈਸ ਨੈਸੋ ਹਾਂ ਜੀ ਇੰਨਾ ਪੈਸਾ ਲਾ ਕੇ ਅੱਖਾਂ ਦੇ ਸਾਹਮਣੇ ਚਗਣਾ ਮਤਲਬ ਜਿਵੇਂ ਸਵੇਰ ਦੇ ਤੋਂ ਤੁਹਾਡੇ ਚੱਲ ਰਹੀਆਂ ਕੋਈ ਆਇਆ ਸਰਕਾਰ ਦਾ ਕੋਈ ਨਮਾਇੰਦਾ ਜਾਂ ਕੋਈ ਹੋਰ ਲੋਕਾਂ ਵੱਲੋਂ ਕੋਈ ਆਈ ਗੱਲ ਵੀ ਭਾਈ ਕੋਈ ਗੱਲ ਨਹੀਂ ਤੇਰੇ ਨਾਲ ਖੜੇ ਆ। ਹਾਂਜੀ ਆਇਆ ਜੀ ਜਿੰਨੇ ਮੰਨ ਲਓ ਜੀ ਬਾਈ ਲੱਖਾ ਸਣਾ ਵੀ ਆ ਪਹੁੰਚੇ ਸੀਗੀ ਜੀ ਇੱਥੇ। ਮੇਰਾ ਸਾਰਾ ਨਗਰ ਵੀ ਮੇਰੇ ਸਾਥ ਦਿੱਤਾ ਜੀ ਪਹੁੰਚੇ ਆਗੇ। ਤੇ ਮੰਨ ਲਓ ਜਿਹੜੇ ਹੋਰ ਆ ਆਮ ਪਾਰਟੀ ਵਾਲੇ ਸੀਗੇ ਵਰਕਰ ਉਹ ਵੀ ਆਏ ਆ ਜੀ। ਉਹਨਾਂ ਨੇ ਵਿਸ਼ਵਾਸ ਦਿਵਾਇਆ ਜੀ ਲਈ ਵੀ ਤੇਰੀ ਪੂਰੀ ਮਦਦ ਕੀਤੀ ਜੇ ਤੇਰਾ ਦੇ ਵੀ ਇਹ ਕਾਰੋਬਾਰ ਦੁਬਾਰੇ ਚਲਾਉਂਦੀ ਅਸੀਂ ਕੋਸ਼ਿਸ਼ ਕਰਾਂਗੇ ਜੀ। ਹਾਂਜੀ ਤੇ ਮਤਲਬ ਔਖਾ ਤਾਂ ਬਹੁਤ ਹੋ ਜਾਂਦਾ ਜਦੋਂ ਜਦੋਂ ਬੰਦੇ ਨੇ ਇੰਨੀ ਮਿਹਨਤ ਨਾਲ ਇੱਕ ਚੱਲਦਾ ਧੰਦਾ ਚਲੋ ਇੱਕ ਇਹ ਹੋਵੇ ਕਿ ਇੱਕ ਬੰਦਾ ਰੁਕਿਆ ਫੇਲ ਹੋਇਆ ਉਹ ਵੱਖਰੀ ਗੱਲ ਹੈ ਪਰ ਇੱਕ ਚੱਲਦੇ ਧੰਦੇ ਦੇ ਉੱਤੇ ਏਡੀ ਮਾਰ ਪੈਣੀ ਔਖਾ ਜੀ ਇਹ ਦੇਖ ਲਓ ਜੀ ਆਪਾਂ ਆਹ ਦਾ 3 ਪੁੱਤ ਪਾਲਦੇ ਆਂ ਜੀ ਉਸ ਮੇਰਾ ਗਾਈਆਂ ਦੇ ਵਿੱਚ ਜਾਨਵਰਾਂ ਦੇ ਵਿੱਚ ਮੇਰਾ ਪਹਿਲੇ ਦਿਨ ਵੀ ਮੇਰਾ ਪਿਆਰ ਆ ਜੀ ਠੀਕ ਹੈ ਹਾਂ ਜੀ ਆ ਪੈਰ ਦੇਖ ਲਓ ਮੈਂ ਨੰਗੇ ਪੈਰੀ ਤਵਸ਼ਾ ਇੰਨਾ ਜੀ ਰਹਿਣਾ ਜੀ ਹਾਂ ਮੈਂ ਕਦੇ ਬਾਹਰ ਨਹੀਂ ਗਿਆ ਨਾ ਰਿਸ਼ਤੇਦਾਰੀ ਚ ਨਾ ਹੋਰ ਇੰਨਾ ਚ ਮੇਰਾ ਮੂਹ ਆ ਜੀ ਸਾਰਾ ਪਿਆਰ ਸੀਗਾ ਮੇਰੀ ਅੱਖਾਂ ਦੇ ਸਾਹਮਣ ਮਾਤੂ ਦੇ ਖਣੀ ਗਿਆ ਜੀ ਬੇਟਾ ਔਖਾ ਇਹ ਨਗਦਾਂ ਦਾ ਕੰਮ ਸੀ ਨਾ 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 ਸੀਗਾ ਜੀ ਬਾਣ ਵੇਚ ਕੇ ਕਰਾਇ ਸੀਗਾ ਜੀ ਬਾਣ ਵੇਚ ਕੇ ਕਰਾਈ ਨਗਦਾਂ ਦਾ ਕੰਮ ਸੀ ਜੀ ਸਾਰੇ ਜ਼ਮੀਨ ਵੇਚ ਕੇ ਕੰਮ ਸ਼ੁਰੂ ਹਾਂ ਜੀ ਇਥੇ ਜੀ ਤੋਂ ਭਰਾਉਂਗਾ ਹਾਂ ਜੀ 3-4 ਤੋਂ ਭਰਾਉਂਗਾ ਉਹ ਬੁਲਾ ਦਿੰਨੇ ਜੀ ਅੱਛਾ ਮੈਨੂੰ ਇੱਕ ਗੱਲ ਦੱਸਿਓ ਵੀ ਜਿਵੇਂ ਤੁਸੀਂ ਇਹ ਗੱਲ ਆਖੀ ਵੀ ਤੁਹਾਡੇ ਸ਼ੁਰੂ ਤੋਂ ਸ਼ੌਂਕ ਸੀ ਮੈਂ ਇੱਕ ਪਾਸੇ ਜਿੱਥੇ ਬਹੁਤੇ ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਕਿ ਮਿਹਨਤ ਕਰਨ ਦਾ ਪਰ ਤੁਸੀਂ ਤਾਂ ਸਹਾਇਕਤਾ ਦਾ ਅਪਣਾ ਕੇ ਮਿਹਨਤ ਸ਼ੁਰੂ ਕੀਤੀ ਹੋਈ ਸੀ ਆਹ ਮਾਰਦਾ ਤੁਹਾਨੂੰ ਪਤਾ ਹੀ ਨਹੀਂ ਹੁਣ ਅਲਮ ਹੀ ਨਹੀਂ ਹੋਣਾ ਵੀ ਇਹ ਕਿਤੇ ਵੀ ਹੋ ਜੀ ਦੇਖੋ ਜੀ ਸਰਕਾਰ ਕਹੇਦੀ ਇਹ ਵੀ ਬਾਹਰ ਨਾ ਜਾਓ ਜੀ ਮੁੰਡੇ ਜ਼ਮੀਨਾਂ ਵੇਚ ਬਾਰ-ਬਾਰ ਜਾਈ ਜਾਂਦੇ ਆ ਜੀ ਤੇ ਇੱਥੇ ਕਾਰੋਬਾਰ ਹੈ ਨਹੀਂ ਜੀ ਜਾਣੇ ਹੀ ਆ ਜੀ ਕੋਈ ਇੱਥੇ ਸੇਫਟੀ ਨਹੀਂ ਬੰਦੇ ਦੀ ਜੀ ਮੈਂ ਆ ਦਾ ਦੋਨਾਂ ਭਰਾਵਾਂ ਨੇ ਮਿਲ ਕੇ ਮੇਰਾ ਭਾਈ ਪਹਿਲਾਂ ਸਿੰਗਾਪੁਰ ਗਿਆ ਜੀ ਉਹਨੂੰ ਮੈਂ ਕਹਿਆ ਲਿਬਿਆ ਦੇ ਪਰਿਵਾਰ ਚ ਰਹੇ ਆਪਾਂ ਇੱਥੇ ਆ ਦਾ ਕਾਰੋਬਾਰ ਚਲਾ ਲਨੇ ਆਂ ਕਾਰੋਬਾਰ ਬਹੁਤ ਸੋਹਣਾ ਚੱਲਿਆ ਸੀ ਪਰ ਆ ਜਿਹੜੀ ਪਰਮਾਤਮਾ ਨੇ ਫੇਟੀ ਪਾਤੀ ਇਹਦਾ ਸਾਨੂੰ ਕੋਈ ਪਤਾ ਨਹੀਂ ਸੀਗਾ ਜੀ ਹਾਂਜੀ ਤਾਂ ਬਹੁਤ ਔਖਾ ਰਲਦਾ ਛੋਟੀ ਜੀ ਮਾਰ ਹੀ ਪੈ ਜਾਵੇ ਉਹ ਰਲ ਨਹੀਂ ਬਹੁਤ ਔਖੀ ਹੈ ਤੇ ਐਡੀ ਮਾਰ ਪ੍ਰਾਣੀ ਤਾਂ ਬੰਦਾ ਰਲਦਾ ਰਲਦਾ ਪਤਾ ਨਹੀਂ ਕਦੋਂ ਰਲਦਾ ਹਾਂਜੀ ਪਹਿਲਾਂ ਵੀ ਮੇਰੀਆਂ ਮੰਨ ਲਓ ਦੋ ਬੈੜਾਂ ਗਾਈਆਂ ਪਹਿਲਾਂ ਗੁਜਰੀਆਂ ਸੀ 40 40 45 45 ਲੀਟਰ ਵਾਲੀਆਂ ਦੋ ਗਾਈਆਂ ਪਹਿਲਾਂ ਗੁਜਰੀਆਂ ਜੀ ਤੇ ਇੱਕ ਆਇਮ ਹਾਂ ਹਾਂਜੀ ਬਜ਼ੁਰਗੋ ਕਿਵੇਂ ਮਤਲਬ ਐਡੀ ਮੁੰਡੇ ਤੇ ਮਾਰ ਪੈ ਜਾਣੀ ਮਿਹਨਤੀ ਇੱਕ ਬੰਦਾ ਜਿਹੜਾ ਕਿ ਇੱਕ ਆਪਾਂ ਕਹਿੰਦੇ ਨੇ ਸਰਕਾਰਾਂ ਵੀ ਆਪਨੂੰ ਕਹਿੰਦੀਆਂ ਕਿ ਸਹਾਇਕਤਾ ਹੰਦਿਆਂ ਵਾਲੇ ਪਾਸੇ ਚੱਲੋ ਜਿੱਥੋਂ ਆਪਾਂ ਨੂੰ ਵੱਖਰੀ ਕਮਦਨ ਹੋਵੇ ਤੇ ਆ ਕੁਝ ਵਾਪਰ ਜਾਣਾ ਦੇਖੋ ਜੀ ਇਹ ਛੋਟਾ ਕਿਸਾਨ ਸੀਗਾ ਠੇਕੇ ਤੇ ਜ਼ਮੀਨ ਮਹਿੰਗੀ ਆ ਤੇ ਇਹਨੇ ਮਤਲਬ ਸੋਚਿਆ ਵੀ ਮੈਂ ਕੋਈ ਕੁਝ ਕਰਜ਼ਾ ਦੇਣਾ ਸੀ ਪਹਿਲਾਂ ਉਹ ਕਰਜ਼ਾ ਲਾਉਣ ਦੇ ਖਾਤੇ ਥੋੜੇ ਬਹੁਤੇ ਪੈਸੇ ਬਚੇ ਉਹਦੇ ਨਾਲ ਇਹਨੇ ਮਤਲਬ 45 ਲੱਖ ਰੁਪਇਆ ਲਾ ਕੇ ਤੇ ਇਹ ਆਪਦਾ ਦਹੀਂ ਦਾ ਕੰਮ ਕਾਰੋਬਾਰ ਕਰਿਆ ਇਹਦਾ ਮਤਲਬ ਵੀ ਘਰ ਦਾ ਗੁਜ਼ਾਰਾ ਚੱਲੀ ਜਾਵੇ ਪਹਿਲਾਂ ਵੀ ਇਹਨੀਆਂ ਦੋ ਗਾਂਆਂ ਨੁਕਸਾਨ ਹੋ ਗਈਆਂ ਤੇ ਹੁਣ ਜਿਹੜੀ ਆਹ ਚਖੇੜੇ ਦੇ ਨਾਲ ਕੱਲ ਪਿੰਡੇ ਝੋਟੀਆਂ ਤੇ ਕਿਸਾਨ ਛੋਟਾ ਮਤਲਬ ਜਮੇ ਬੇਜਮੀਨਾ ਕਿਸਾਨ ਹੀ ਸਮਝ ਲਓ ਜੀ ਹੁਣ ਤਾਂ ਹਾਂਜੀ ਹੁਣ ਇਹਦੇ ਕੋਲ ਕੋਈ ਜ਼ਮੀਨ ਬਚੀ ਨਹੀਂ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਰਕਾਰ ਇਹਦੀ ਮਦਦ ਕਰੇ ਤੇ ਇਹ ਜਿਹੜਾ ਸ਼ੈੱਡ ਸ਼ੈੱਡ ਦਾ ਬਹੁਤ ਨੁਕਸਾਨ ਹੋ ਗਿਆ ਜੀ ਤੇ ਇੱਕ ਗਊ ਮਰ ਗਈ ਇਹ ਇਹਦੀ ਲੱਖ ਰੁਪਏ ਦੀ ਗਊ ਆ ਜੀ ਹਾਂਜੀ ਲੱਖ ਰੁਪਏ ਦੀ ਕੀਮਤ ਆ ਜੀ ਗੱਬੜ ਮੰਗਊ ਆ ਜੀ ਵਧੀਆ ਚੰਗੀ ਨਸਲ ਦੀ ਸੀਗੀ ਤੇ ਬਾਕੀ ਸ਼ੈੱਡ ਦਾ ਬਹੁਤ ਨੁਕਸਾਨ ਹੋ ਗਿਆ ਜੀ ਤੇ ਇਸ ਬੰਦੇ ਨੂੰ ਹਾਂ ਭਾਈ ਤੇਰੀ ਤਾਂ ਸਾਰੀ ਪੂੰਜੀ ਇਹ ਸੀ ਮਤਲਬ ਹਾਂਜੀ ਮੇਰਾ ਮੰਨ ਲਓ ਜੀ ਮੇਰੇ ਦੋ ਬੇਟੇ ਆ ਜੀ ਵੱਡੇ ਇੱਕ ਇੱਕ ਬੇਟਾ ਜੀ ਤੇ ਮੇਰੇ ਦੋ ਮੇਰੇ ਭਾਈ ਦੇ ਬੱਚੇ ਸਾਡਾ ਸਾਰਾ ਕਾਰੋਬਾਰ ਇਹਦੇ ਸਿਰ ਤੇ ਚੱਲਦਾ ਸੀਗਾ ਜੀ ਜੋ ਬੱਚੇ ਮੈਂ ਪੜਾਉਂਦਾ ਸੀਗਾ ਜੀ ਮਨ ਲਓ ਕਬੀਲ ਲਾਰੀ ਦਾ ਖਰਚਾ ਕਰਦਾ ਸੀ ਮੇਰੇਆਂ ਗਾਈਆਂ ਦੇ ਸਿਰ ਤੇ ਨਿਰਭਰ ਸੀਗਾ ਜੀ ਬੰਦਾ ਪਸ਼ੂਆਂ ਨਾਲ ਪਸ਼ੂ ਹੋ ਕੇ ਕੰਮ ਕਰਨਾ ਪੈਂਦਾ ਫਿਰ ਜਾਈ ਕਮਾਈ ਹਾਂ ਜੀ ਸਵੇਰ ਤੋੜਦੇ ਆ ਜੀ ਅਸੀਂ ਦੋਨੇ ਜੀ ਹਾਂ ਸਵੇਰੇ 4 ਵਜੇ ਤੋਂ ਕੋਈ ਸਾਡਾ ਬੰਦਾ ਨਹੀਂ ਰੱਖਿਆ ਜੀ ਹੋਰ ਮਨ ਲਓ ਅਸੀਂ ਆਪ ਡਿਊਟੀ ਦਿੰਦੇ ਆ ਸਵੇਰੇ 4 ਵਜੇ ਤੋਂ ਲੈ ਕੇ ਸ਼ਾਮ ਤਾਈਂ ਸੰ ਇਹਨਾਂ ਜੀ ਰੰਗ ਲੰਗ ਜਾਂਦਾ ਜੀ ਇਹਨਾਂ ਜੀ ਹਾਂ ਸਭ ਦਾ ਸਾਰੀਆਂ ਰਿਸ਼ਤੇਦਾਰੀਆਂ ਸਾਰੀਆਂ ਲਿਹਾਜ਼ਾਂ ਛ ਮਨ ਲੋ ਕਾਰੋਬਾਰੀ ਇਹ ਹੈ ਜੀ ਮੀ ਆ ਵੀ ਨਹੀਂ ਰਹੀ ਨਾ ਤੁਸੀਂ ਰਿਸ਼ਤੇਦਾਰੀ ਮੈਨੂੰ 4 ਸਾਲ ਤਾਂ ਹੋ ਗਏ ਮੇਰੇ ਸਹੁਰੇ ਗਏ ਨੂੰ ਹੂੰ ਤੇ 5 ਸਾਲ ਹੋ ਗਏ ਮੇਰੇ ਨਾਨਕੇ ਗਏ ਨੂੰ ਰਿਸ਼ਤੇਦਾਰੀਆਂ ਵੀ ਛੜਾ ਦਿੰਗੇ ਇਹ ਕੰਮ ਨਹੀਂ ਜੀ ਮੇਰੀਆਂ ਤੇ ਇਹਦੇ ਵਿੱਚ ਰਹਿਣਾ ਪੈਂਦਾ ਜੀ ਇਹ ਕੰਮ ਜੱਬ ਹੋਣਾ ਚਲੋ ਫਿਰ ਇੱਕ ਹੌਸਲਾ ਉੱਠ ਹੋ ਜਾਂਦਾ ਜਦੋਂ ਬੰਦੇ ਨੂੰ ਆਮਦਨ ਹੁੰਦੀ ਹੈ ਕੰਮ ਚੱਲਦਾ ਹੈ ਬੰਦੇ ਨੂੰ ਹੁੰਦਾ ਚੱਲ ਯਾਰ ਮਿਹਨਤ ਦਾ ਮੁੱਲ ਪੈ ਰਿਹਾ ਪਰ ਆ ਚੀਜ਼ਾਂ ਨਾਲ ਮਨ ਨੂੰ ਬਹੁਤ ਵੱਡਾ ਝਟਕਾ ਵੱਜਦਾ ਹੈ ਨਾ ਇਹ ਦੇਖੋ ਜੀ ਇਹ ਜਿਹੜਾ ਝਟਕਾ ਪਿਆ ਇਹਦਾ ਸਾਰੀ ਉਮਰ ਨਹੀਂ ਪੂਰਾ ਹੋਣਾ ਜੀ ਤੇ ਮੰਨ ਲੋ ਕਾਰੋਬਾਰ ਮੇਰਾ ਬਹੁਤ ਸੋਹਣਾ ਚੱਲ ਪਿਆ ਸੀਗਾ ਜੀ ਬਹੁਤ ਸੇਤੀ ਮੇਰੇ ਪਸ਼ੂ ਰਲੇ ਸੀਗੇ ਜੀ ਮੇਰੇ ਭਾਈ ਨੂੰ ਨੌਲੇਜ ਸੀਗੀ ਚੰਗੇ ਟੀਕੇ ਸੈਕਸਿਡ ਸਾਰੇ ਉਹ ਭਰਾ ਰਿਹਾ ਸੀਗਾ ਤੇ ਬਹਿੜਾਂ ਵੀ ਤਿਆਰ ਕਰ ਲੀਆਂ ਸੀਗੀ ਪਰ ਜਿਹੜਾ ਕੁਦਰਤੀ ਕਰੋਪ ਹੋ ਗਈ ਇਹਦਾ ਨਹੀਂ ਸਾਨੂੰ ਕੋਈ ਪਤਾ ਸੀਗਾ ਜੀ ਹਾਂਜੀ ਕੀ ਲੱਗਦਾ ਜੀ ਮਤਲਬ ਇਹਦੇ ਤੇ ਕੀ ਕਿਸ ਤਰੀਕੇ ਨਾਲ ਜਿਹੜੀ ਮਦਦ ਹੋਣੀ ਚਾਹੀਦੀ ਦੇਖੋ ਜੀ ਸਾਨੂੰ ਇਨ੍ਹਾਂ ਸਰਕਾਰਾਂ ਤੇ ਉਹ ਤਾਂ ਕੋਈ ਵਿਸ਼ਵਾਸ ਨਹੀਂ ਤੇ ਪਰ ਅਸੀਂ ਜਿਹੜਾ ਹੁਣ ਬਦਲਾਅ ਕਹਿੰਦੇ ਨਾ ਬਦਲਾਅ ਹੋਇਆ ਇਹ ਬਦਲਾਅ ਦਾ ਰੰਗ ਇੱਥੇ ਆ ਕੇ ਪਤਾ ਲੱਗੋ ਠੀਕ ਹੈ ਜੇ ਇਹ ਇਸ ਗਰੀਬ ਦਾ ਅੱਜ ਪੋਰਾ-ਪੋਰਾ ਖਰਚਾ ਦਿੱਤਾ ਜਾਵੇ ਤੇ ਇਹ ਸਰਕਾਰਾਂ ਦੀ ਚੜਤ ਹੋ ਸਕਦੀ ਹੈ ਜਿਹੜੇ ਸੁਖਵੀਰ ਸਿੰਘ ਕਹਿੰਦਾ ਸੀ ਵੀ 25 ਸਾਲ ਰਾਜ ਕਰੂੰਗਾ ਮੈਂ ਜੇ ਇੱਥੇ ਆ ਕੇ ਸਰਕਾਰਾਂ ਮਦਦ ਕਰਨ ਕਿਸੇ ਗਰੀਬ ਦੀ ਤਾਂ 25 ਸਾਲ ਐਂ ਰਾਜ ਹੋ ਸਕਦਾ ਹੈ ਹਾਂ ਅਸੀਂ ਇਸ ਗੱਲ ਦਾ ਪੂਰੀ ਹਮਾਇਤ ਦਿੰਨੇ ਆ ਭਾਰਤੀ ਯੂਨੀਅਨ ਕ੍ਰਾਂਤੀਕਾਰੀ ਬਣੀਓ ਮੈਂ ਮੀਤ ਪ੍ਰਧਾਨ ਆ ਜ਼ਿਲ੍ਹੇ ਦਾ ਜੀ ਤੇ ਅਸੀਂ ਇਹ 2-4 ਦਿਨ ਇਹ ਸਰਕਾਰਾਂ ਨੂੰ ਦੇਖਦੇ ਆ ਫਿਰ ਅਸੀਂ ਇਹਦਾ ਪੂਰਾ ਮਦਦ ਕਰਾਂਗੇ ਡਟ ਕੇ ਕਰਾਂਗੇ ਜਿੰਨੀ ਵੀ ਹੋ ਸਕੀ ਇਹਦੀ ਅਸੀਂ ਗਰੀਬ ਬੰਦੇ ਦੀ ਮਦਦ ਕਰਾਂਗੇ ਪਰ ਜਿਹੜਾ ਬਦਲਾਅ ਦੀ ਗੱਲਾਂ ਕਰਦੇ ਆ ਨਾ ਸਰਕਾਰਾਂ ਜਿਹੜੀਆਂ ਵਾਅਦਾ ਆ ਲਿਆਂਦਾ ਤੇ ਪਰ ਇੱਥੇ ਆ ਕੇ ਪਤਾ ਲੱਗੂਗਾ ਇੱਕ ਮੈਂ ਤੁਹਾਨੂੰ ਆਪਦੀ ਦੱਸਦਾ ਘਰ ਦੀ ਗੱਲ ਵੀ ਸਾਡੇ ਕੋਈ ਰਿਸ਼ਤੇਦਾਰੀ ਦੇ ਵਿੱਚੋਂ ਮੇਰੀ ਭਾਣ ਜੀ ਬਾਹਰਲੇ ਮੁਲਖ ਗਈ ਹੋਈ ਸੀ ਉਹ ਇੱਥੇ 2 ਮਹੀਨੇ ਦੀ ਖਾਤਰ ਮਿਲਣ ਆਗੇ ਤੇ ਘਰ ਨੂੰ ਲਾਇਆ ਜਿੰਦਾ ਉੱਥੇ ਉਹਨਾਂ ਦੀ ਹੋ ਗਈ ਚੋਰੀ ਸਾਰਾ ਸਮਾਨ ਕੋਈ ਲੈ ਗਏ ਚੱਕ ਕੇ ਸਮਾਨ ਚੱਕਣ ਕਰਕੇ ਤੇ ਉਹਨਾਂ ਨੂੰ ਜਦੋਂ ਜਾ ਕੇ ਉਹਨਾਂ ਨੇ ਬਾਰ ਖੋਲਿਆ ਤੇ ਉਹਦਾ ਸਮਾਨ ਖਿੰਡਿਆ ਪਿਆ ਸੀ ਸਾਰਾ ਕੁਝ ਤੇ ਅਸੀਂ ਉਹਨਾਂ ਨੂੰ ਫੋਨ ਤੇ ਗੱਲ ਜਦੋਂ ਕਰੀ ਅਸ ਹੈਗਾ ਥੋੜਾ ਜਿਹਾ ਨੁਕਸਾਨ ਹੀ ਬਹੁਤ ਹੋ ਗਿਆ ਉਹ ਕਹਿੰਦੇ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਅਸਾਂ ਕਿਉਂ ਨਹੀਂ ਹੋਇਆ ਕਹਿੰਦੇ ਸਾਥੋਂ ਸਰਕਾਰ ਨੇ ਲਿਖ ਕੇ ਲੈ ਲਿਆ ਅਸੀਂ ਕੋਈ ਕੇਸ ਨਹੀਂ ਕਰਨਾ ਕਿਤੇ ਅਸੀਂ ਸਰਕਾਰੀ ਨਹੀਂ ਜਾਣਾ ਸਾਡਾ ਜਿਹੜਾ ਮੁਆਵਜ਼ਾ ਉਹ ਸਾਨੂੰ ਦੇ ਜਾਣਗੇ ਸਾਨੂੰ ਵਿਸ਼ਵਾਸ ਹੈ ਉਹ ਸਾਨੂੰ ਕੱਲ ਨੂੰ ਦੇ ਜਾਣਗੇ ਤੁਸੀਂ ਉਹਨਾਂ ਨੇ ਇਹ ਗੱਲ ਉਹਨਾਂ ਨੇ ਟਿਕਾਣਾ ਦਿੱਤਾ ਉਹਨਾਂ ਨੂੰ ਵੀ ਤੁਸੀਂ ਆਪਦਾ ਕੰਮ ਜਿਹੜਾ ਕਰਦੇ ਸਣਾ ਕਰੋ ਠੀਕ ਹੈ ਇਹ ਜਿਹੜਾ ਤੁਹਾਡਾ ਨੁਕਸਾਨ ਹੋ ਗਿਆ ਅਸੀਂ ਦਿੰਨੇ ਆ ਤੇ ਜੇ ਆਪਾਂ ਆਖੀਏ ਵੀ ਆਪਾਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਤਾਂ ਫਿਰ ਇਹ ਜਿਹੜੀਆਂ ਨੀਤੀਆਂ ਨਾ ਇਹ ਨੀਤੀਆਂ ਲਿਓਣੀਆਂ ਪੈਣਗੀਆਂ ਨੀਤੀਆਂ ਲਿਓਣੀਆਂ ਪੈਣਗੀਆਂ ਆ ਡਰਾਮੇ ਛੱਡਨੇ ਪੈਣਗੇ ਕੀ ਅਪੀਲ ਕਰਨੀ ਚਾਹੁੰਗੀ ਮੈਂ ਤਾਂ ਇਹੀ ਅਪੀਲ ਕਰਦਾ ਜੀ ਸਰਕਾਰ ਮੁਰੇ ਤੇ ਵੀ ਜਿੰਨਾ ਮੇਰਾ ਨੁਕਸਾਨ ਹੋਵੇਦਾ ਮੈਨੂੰ ਖਰਚਾ ਦਿੱਤਾ ਜਾਵੇ ਤੇ ਮੈਨੂੰ ਦੇਖ ਕੇ ਨਹੀਂ ਤਾਂ ਜਿਹੜੇ ਨੌਜਵਾਨ ਤਿਆਰ ਹੋਏ ਸਾਡੇ ਪਿੰਡ ਚ ਹੋਰ ਵੀ ਕਾਰੋਬਾਰ ਕਰਨ ਨੂੰ ਸਭ ਉਹ ਢੇਰੀ ਢਾ ਜਾਣਗੇ ਜੀ ਸਭ ਢੇਰੀ ਢਾ ਹਾਂ ਜੀ ਵੀ ਕੁ ਕੁਦਰਤੀ ਮਾਰ ਉਹਦੇ ਤੇ ਜਿਹੜੀ ਤੁਹਾਡੀ ਮਦਦ ਕੀਤੀ ਜਾਵੇ ਸਰਕਾਰ ਤੋਂ ਵੱਲੋਂ ਬਾਹ ਫੜੀ ਜਾਵੇ ਤਾਂ ਕਿ ਜਿਹੜਾ ਪੰਜਾਬ ਦਾ ਨੌਜਵਾਨਾ ਪੰਜਾਬ ਚ ਰਹਿ ਕੇ ਪੰਜਾਬ ਦੀ ਤਰੱਕੀ ਲਈ ਕੰਮ ਤਰੱਕੀ ਹਾਂ ਜੀ ਮੈਨੂੰ ਇਹ ਕਹਨ ਵਾਲੀ ਵੀ ਮੁੰਡੇ ਬਾਹਰੋ ਜਾਣੋ ਹਟ ਜਾਣਗੇ ਜੇ ਇਹੋ ਜਿਹਾ ਕਾਰੋਬਾਰ ਦੇਖ ਦੇਖ ਰੀਸ ਕਰਕੇ ਜੀ ਕੋਈ ਮੁੰਡਾ ਨਹੀਂ ਜਾ ਰਿਹਾ ਸਾਡੇ ਪਿੰਡ ਚ ਹੀ ਮੁੰਡੇ ਮੇਰੇ ਕੋਲ 10 15 ਮੁੰਡੇ ਆਉਂਦੇ ਰਹਿੰਦੇ ਸੀ ਲਈ ਬਾਈ ਇਹ ਕਾਰੋਬਾਰ ਕਹੇ ਜਾ ਕਿਵੇਂ ਆ ਉਹਨਾਂ ਦਾ ਪੂਰਾ ਦ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਆ ਤੁਸੀਂ ਦੇਖਿਆ ਚੋਟੀਆਂ ਪਿੰਡ ਹੈ ਬਠਿੰਡਾ ਜ਼ਿਲ੍ਹਾ ਤੇ ਬਾਈ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਮਿਹਨਤੀ ਬੰਦਾ ਮਿਹਨਤੀ ਬੰਦੇ ਦਾ ਸਾਥ ਦੇਣਾ ਬਣਦਾ ਹੈ ਤਾਂ ਜਿਸ ਤਰੀਕੇ ਦੇ ਨਾਲ ਸਰਕਾਰ ਕਹਿੰਦੀ ਹੈ ਕਿ ਅਸੀਂ ਮਦਦ ਕਰਦੇ ਹਾਂ ਨੌਜਵਾਨਾਂ ਰਿਵਰਸ ਮਾਈਗ੍ਰੇਸ਼ਨ ਉਹਨੂੰ ਛੱਡ ਕੇ ਜਿਹੜੇ ਇੱਥੋਂ ਜਾਣ ਦੀ ਨਾ ਸੋਚਣ ਉਹਨਾਂ ਦੀ ਮਦਦ ਕੀਤੀ ਜਾਵੇ ਵੱਡਾ ਨੁਕਸਾਨ ਹੋਇਆ ਸਾਇਕ ਧੰਦਾ ਅਪਣਾ ਰਿਆ ਸੀ ਪੰਜਾਬ ਦੇ ਵਿੱਚ ਜਿਹੜੀ ਅਸੀਂ ਦੁੱਧ ਦੀ ਕਮੀ ਕਹਿ ਰਹੇ ਹਾਂ ਉਹਨੂੰ ਵਧਾਉਣ ਵਾਸਤੇ ਜਿਹੜਾ ਭਾਈ ਕੋਸ਼ਿਸ਼ਾਂ ਕਰ ਰਿਹਾ ਸੀ ਭਾਈ ਦੀ ਮਿਹਨਤ ਨੂੰ ਭਾਈ ਦੇ ਜਿਹੜਾ 1 ਸਾਲ ਦੇ ਵਿੱਚ ਜਿਹੜਾ ਇਹ ਸਭ ਕੁਝ ਉਹਨੇ ਬਣਾਇਆ ਤੇ 1 ਸਾਲ ਚ ਜਿਹੜਾ ਤਬਾਹ ਹੋਇਆ ਇਹ ਤੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਬਾਹ ਫੜਨ ਦੀ ਲੋੜ ਹੈ ਭਾਈ ਦੇ ਨਾਲ ਅੱਜ ਖੜਨ ਦੀ ਲੋੜ ਹੈ ਤਾਂ ਕਿ ਬਾਈ ਦਾ ਹੌਸਲਾ ਵਧੇ ਤੇ ਉਹ ਇਹ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਕਰ ਸਕੇ ਕੈਮਰਾ ਪਰਸਨ ਲਾਪਰੀ ਦੇ ਨਾਲ ਮਨਿੰਦਰ ਜੀ ਸਿੱਧੂ ਰੋਕ ਵਾਈਟੀ